ਕਾਲ ਜੀ, ਸਭ ਤੋਂ ਪਹਿਲਾਂ ਤਾਂ ਪੰਜਾਬੀ ਕੁੜੀਆਂ ਦਾ ਮੇਕਅਪ ਸ਼ੁਰੂ ਹੁੰਦਾ ਹੈ ਕੱਜਲ ਤੋਂ। ਅਸੀਂ ਕੱਜਲ ਕਹਿੰਦੇ ਹਾਂ, ਕਾਜਲ ਕਹਿ ਲਓ। ਸੋ ਸਭ ਤੋਂ ਪਹਿਲਾਂ ਮੇਕਅਪ ਸ਼ੁਰੂ ਕਰਨ ਤੋਂ ਪਹਿਲਾਂ ਕਾਜਲ, ਇਹ ਹੈ ਪੰਜਾਬੀ ਲੈਂਗੁਏਜ ਵਿੱਚ ਮੇਕਅਪ, ਕਿਉਂਕਿ ਹਿੰਦੀ 'ਚ ਤਾਂ ਮੈਂ ਅਕਸਰ ਵੀਡੀਓ ਬਣਾਉਂਦੀ ਰਹਿੰਦੀ ਹਾਂ, ਪਰ ਹਾਂ ਤਾਂ ਮੈਂ ਡਾਕਟਰ ਹਰਨੀਤ ਕੌਰ ਨਾ। ਸੋ ਕੌਰ ਹੋਣ ਦੇ ਨਾਤੇ ਮੈਂ ਸੋਚਿਆ ਕਿ ਜ਼ਰੂਰ ਮੈਨੂੰ ਇੱਕ ਮੇਕਅਪ ਵੀਡੀਓ ਪੰਜਾਬੀ ਕੁੜੀਆਂ ਲਈ ਪੰਜਾਬੀ ਵਿੱਚ ਵੀ ਬਣਾਉਣੀ ਚਾਹੀਦੀ ਹੈ। ਸੋ ਇੱਕ ਜਿਹੜਾ ਹਰ ਰੋਜ਼ ਕਰਨ ਵਾਲਾ ਮੇਕਅਪ ਹੈ ਨਾ, ਉਹਦੇ ਵਿੱਚ ਚਾਹੇ ਮੈਂ ਜਿੰਨਾ ਮਰਜ਼ੀ ਜ਼ੋਰ ਲਾ ਲਾਂ, ਕੋਈ ਕੁੜੀ ਚਿੱਟਾ ਕਾਜਲ ਲਾਉਣ ਨੂੰ ਤਿਆਰ ਨਹੀਂ ਹੋਊਗੀ। ਕਿਉਂਕਿ ਦੇਖੋ, ਚਾਹੇ ਦਿੱਲੀ ਚੰਡੀਗੜ੍ਹ 'ਚ ਚੀਜ਼ਾਂ ਫੇਮਸ ਹੋਣ, ਫੋਰਨ ਕੰਟਰੀਜ਼ ਵਿੱਚ ਫੇਮਸ ਹੋਣ, ਲੇਕਿਨ ਆਪਣੇ ਇੱਥੇ ਪੰਜਾਬ ਵਿੱਚ ਬਹੁਤ ਔਖਾ ਹੈ ਕਿ ਕੋਈ ਇਹ ਚੀਜ਼ ਨੂੰ ਸਮਝ ਸਕੇ ਕਿ ਚਿੱਟਾ ਕਾਜਲ ਅੱਖਾਂ ਥੱਲੇ ਲਾਉਣਾ। ਸੋ ਮੈਂ ਵੀ ਇਸ ਚੀਜ਼ ਨੂੰ ਸਮਝਿਆ ਕਿ ਨਹੀਂ, ਮੈਨੂੰ ਇਹ ਚੀਜ਼ ਪ੍ਰਮੋਟ ਨਹੀਂ ਕਰਨੀ ਚਾਹੀਦੀ। ਜੋ ਆਪਣਾ ਦੇਸੀ ਤਰੀਕਾ ਹੈ, ਪੁਰਾਣਾ ਤਰੀਕਾ ਕੱਜਲ ਵਾਲਾ, ਮੈਂ ਉਹੀ ਕੰਟੀਨਿਊ ਰੱਖੂੰਗੀ। ਸੋ ਸਭ ਤੋਂ ਪਹਿਲਾਂ ਕੋਈ ਵੀ ਮੇਕਅਪ ਚਿਹਰੇ 'ਤੇ ਲਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੱਜਲ ਲਗਾ ਲਓ, ਕਿਉਂਕਿ ਬਾਅਦ ਵਿੱਚ ਲਗਾਉਣਾ ਔਖਾ ਹੈ। ਸੋ ਮੈਂ ਇਸੇ ਤਰੀਕੇ ਨਾਲ ਸਭ ਤੋਂ ਪਹਿਲਾਂ ਆਪਣੀ ਦੋਨੋਂ ਅੱਖਾਂ ਵਿੱਚ ਆਰਾਮ ਨਾਲ ਬਿਨਾਂ ਕੋਈ ਹੋਰ ਚੀਜ਼ ਫੇਸ 'ਤੇ ਲਗਾਇਆ, ਪਹਿਲਾਂ ਆਪਣਾ ਕਾਜਲ ਲਗਾ ਲਿਆ। ਉਸ ਤੋਂ ਬਾਅਦ ਜਿਹੜਾ ਆਪਣਾ ਫੇਸ ਕੰਸੀਲਰ ਜਾਂ ਤੁਸੀਂ ਕੋਈ ਵੀ ਫੇਸ 'ਤੇ ਬੇਸ ਲਗਾਉਂਦੇ ਹੋ, ਮੇਕਅਪ ਤੁਸੀਂ ਫਾਊਂਡੇਸ਼ਨ ਲਗਾਉਂਦੇ ਹੋ, ਚਾਹੇ ਤੁਸੀਂ ਕੁਛ ਵੀ ਲਗਾਉਂਦੇ ਹੋ, ਜਿਵੇਂ ਮੈਂ ਸਿਰਫ ਕੰਸੀਲਰ ਲਾਉਂਦੀ ਹਾਂ ਅੱਖਾਂ ਦੇ ਥੱਲੇ ਵਾਲੇ ਹਿੱਸੇ 'ਚ ਕਵਰ ਕਰਨ ਲਈ, ਕਿਉਂਕਿ ਮੈਂ ਥੋੜ੍ਹੇ ਜਿਹੇ ਡਾਰਕ ਸਰਕਲ ਜਿਹੜੇ ਤੁਸੀਂ ਦੇਖ ਸਕਦੇ ਹੋ, ਥੋੜ੍ਹੀ ਡੀਪ ਸੀਟਿਡ ਆਈਜ਼ ਹੈ, ਅਤੇ ਅੱਖਾਂ ਦੇ ਉੱਪਰ ਵਾਲੇ ਹਿੱਸੇ 'ਚ ਤਾਂ ਕਿ ਉਹ ਡਾਰਕ ਨਾ ਲੱਗੇ, ਥੋੜ੍ਹੇ ਜਿਹੇ ਕੋਈ ਪੁਰਾਣੇ ਪਿੰਪਲ ਦੇ ਦਾਗ ਹੋਣ, ਆ ਜਿਹੜੀ ਨਾੜਾਂ ਨਹੀਂ ਦਿਖਦੀਆਂ ਆ ਸਾਈਡ 'ਤੇ, ਦੋਨੋਂ ਸਾਈਡ 'ਤੇ ਤੁਸੀਂ ਇਹਨਾਂ ਨੂੰ ਵੀ ਕਵਰ ਕਰ ਸਕਦੇ ਹੋ ਕੰਸੀਲਰ ਦੇ ਨਾਲ। ਸੋ ਮੈਂ ਤਾਂ ਸਿਰਫ ਕੰਸੀਲਰ ਲਾਉਂਦੀ ਹਾਂ, ਮੇਰਾ ਮੈਕ ਦਾ ਹੈ NC30 ਸ਼ੇਡ ਹੈ। ਸੋ ਮੈਂ ਲਾਉਂਦੀ ਹਾਂ ਔਰ ਮੈਂ ਅੱਛੀ ਤਰ੍ਹਾਂ ਆਪਣੇ ਫੇਸ ਦੇ ਕੋਈ ਵੀ ਮੇਰੇ ਦਾਗ ਧੱਬੇ ਕੁਛ ਵੀ ਹੈ, ਕਿਤੇ ਰੰਗ ਘੱਟ ਵੱਧ ਅੱਗੇ ਪਿੱਛੇ ਹੈਗਾ ਕੋਈ, ਤਾਂ ਉਹਨੂੰ ਮੈਂ ਅੱਛੀ ਤਰ੍ਹਾਂ ਆਪਣੇ ਕੰਸੀਲਰ ਨਾਲ ਕਵਰ ਕਰ ਲੈਂਦੀ ਹਾਂ। ਅਗਲੀ ਚੀਜ਼, ਹੁਣ ਅੱਖਾਂ ਦੇ ਥੱਲੇ ਤਾਂ ਆਪਾਂ ਕਾਜਲ ਲਗਾ ਲਿਆ ਨਾ, ਅੱਖਾਂ ਦੇ ਉੱਪਰ ਇੱਕ ਸਾਈਡ 'ਤੇ ਮੈਂ ਲਗਾ ਰਹੀ ਹਾਂ ਲਿਕੁਇਡ ਆਈ ਸ਼ੈਡੋ। ਇਹ ਮੈਂ ਬਾਹਰੋਂ ਮੰਗਵਾਇਆ, ਅਗਰ ਕੋਈ NRI ਹੈਗੇ ਤਾਂ ਉਹ ਇਹ ਚੀਜ਼ ਯੂਜ਼ ਕਰ ਸਕਦੇ ਹੈ, ਲਿਕੁਇਡ ਆਈ ਸ਼ੈਡੋ। ਮੈਂ ਲਾਈਟ ਜਿਹਾ ਕਲਰ ਹੈਗਾ ਇਹਦਾ, ਔਰ ਮੈਂ ਆਪਣੀ ਲਗਾ ਕੇ ਇਹਨੂੰ ਔਰ ਫਿੰਗਰ ਨਾਲ ਹੀ ਪੂਰੀ ਆਈਲਿਡ 'ਤੇ ਲਗਾ ਰਹੀ ਹਾਂ। ਤੁਸੀਂ ਇੱਕ ਸਾਈਡ 'ਤੇ ਇਹ ਵੀ ਕਰ ਸਕਦੇ ਹੋ, ਅਤੇ ਅਗਰ ਤੁਹਾਡੇ ਕੋਲ ਲਿਕੁਇਡ ਆਈ ਸ਼ੈਡੋ ਨਹੀਂ ਹੈਗਾ ਤਾਂ ਤੁਸੀਂ ਕੋਈ ਵੀ ਬੇਸਿਕ ਜਿਹਾ ਪੈਲਟ, ਬਰਾਊਨ ਵਾਲੇ ਸਿੰਪਲ ਪੈਲਟ ਨਹੀਂ ਹੁੰਦੇ, ਇਹਦੇ 'ਚੋਂ ਕੋਈ ਵੀ ਤੁਹਾਡਾ ਜਿਹੜਾ ਕੋਈ ਫੇਵਰੇਟ ਕਲਰ ਹੈ ਨਾ, ਜਿਹੜਾ ਆਈ ਸ਼ੈਡੋ, ਜਿਵੇਂ ਵਾਈਟ ਸੂਟ ਪਾਇਆ ਤਾਂ ਮੈਂ ਲਾਈਟ ਜਿਹਾ ਰੱਖੂੰਗੀ, ਤਾਂ ਮੈਂ ਆਈਜ਼ ਦੇ ਉੱਪਰ ਰਿੰਗ ਫਿੰਗਰ ਨਾਲ ਹਲਕਾ ਜਿਹਾ ਸਿਰਫ ਆਈਜ਼ ਵਾਲੇ ਹਿੱਸੇ, ਦੇਖੋ ਇਹ ਜ਼ਿਆਦਾ ਗਲੋ ਕਰ ਰਿਹਾ ਘੱਟ, ਫਿਰ ਮੈਂ ਇਹਨੂੰ ਕਵਰ ਕਰਨ ਲਈ ਹੁਣ ਇੱਧਰ ਵੀ ਇਹੀ ਲਗਾ ਲੈਂਦੀ ਹਾਂ, ਪਰ ਤੁਸੀਂ ਕੋਈ ਵੀ ਲਗਾ ਸਕਦੇ ਹੋ। ਸੋ ਮੈਂ ਦੋਨੋਂ ਪਾਸੇ ਸੇਮ ਕਰ ਲਿਆ, ਇਹਦੇ ਨਾਲ ਆਈਜ਼ ਦੇ ਉੱਪਰ ਸਿਰਫ ਇੱਕ ਹਲਕੀ ਜਿਹੀ ਗਲੋ ਆਏਗੀ। ਅਗਰ ਤੁਹਾਡਾ ਸੂਟ ਗੋਲਡਨ ਹੈ ਤਾਂ ਤੁਸੀਂ ਗੋਲਡਨ ਕਲਰ ਲਗਾ ਸਕਦੇ ਹੋ, ਅਗਰ ਤੁਹਾਡੇ ਸੂਟ ਵਿੱਚ ਥੋੜ੍ਹਾ ਰੈੱਡ ਰੈੱਡ ਜਿਹਾ ਕਲਰ ਹੈ ਫਿਰ ਤੁਸੀਂ ਰੈੱਡ ਰਿਲੇਟਡ ਕੋਈ ਵੀ ਕਲਰ ਲਗਾ ਸਕਦੇ ਹੋ, ਲਗਾਉਣਾ ਹਲਕਾ ਜਿਹਾ ਸ਼ਿਮਰੀ ਹੀ ਹੈ। ਹੁਣ ਇਸ ਤਰ੍ਹਾਂ ਦਾ ਬ੍ਰਸ਼ ਲੈਣਾ ਤੁਸੀਂ, ਆ ਦੇਖ ਸਕਦੇ ਹੋ ਜਿੱਦਾਂ ਇਹ ਉੱਪਰੋਂ ਕ੍ਰੀਸ ਵਰਗਾ ਲੱਗਦਾ, ਇਸ ਤਰ੍ਹਾਂ ਦਾ ਕੋਈ ਵੀ ਪੈਲਟ ਲਿਆ, ਬਰਾਊਨ ਕਲਰ ਜਾਂ ਹਲਕਾ ਜਿਹਾ ਕੋਈ ਲਾਈਟ ਬਰਾਊਨ ਕਲਰ ਕੋਈ ਵੀ ਲਿਆ, ਇੱਦਾਂ ਦੇ ਬ੍ਰਸ਼ 'ਤੇ ਐਕਸੈਸ ਵਾਲੀ ਚੀਜ਼ ਨੂੰ ਥੋੜ੍ਹਾ ਜਿਹਾ ਟੋਪ ਆਫ ਕਰ, ਤਾਂ ਮਤਲਬ ਇੱਦਾਂ ਇਹਨੂੰ ਸ਼ੇਕ ਕੀਤਾ ਤਾਂ ਕਿ ਐਕਸੈਸ ਵਾਲੀ ਜਿਹੜੀ ਐਕਸਟਰਾ ਲੱਗੀ ਉਹ ਨਿਕਲ ਜਾਏ। ਹੁਣ ਆਹ ਦੇਖੋ, ਅੱਖ ਦੇ ਆ ਸਾਈਡ ਤੋਂ ਉੱਪਰ ਵਾਲਾ ਹਿੱਸਾ ਨਾ ਜਿਹੜਾ, ਇੱਥੇ ਇਹਨੂੰ ਹਲਕਾ ਜਿਹਾ ਲਾਈਟ ਲਾਈਟ ਹੱਥ ਨਾਲ, ਬਿਲਕੁਲ ਲਾਈਟ ਲਾਈਟ ਹੱਥ ਨਾਲ ਇਹਨੂੰ ਇੱਦਾਂ ਮੂਵ ਕਰਨਾ ਅੱਗੇ ਪਿੱਛੇ ਨੂੰ, ਤਾਂ ਕਿ ਇੱਕ ਇੱਦਾਂ ਲੱਗੇ ਕਿ ਤੁਹਾਡੀ ਅੱਖ ਦੀ ਜਿਹੜੀ ਸ਼ੇਪ ਹੈ ਉਹ ਨੈਚੁਰਲੀ ਬਰਾਊਨ ਆ। ਦੇਖੋ ਤੁਹਾਨੂੰ ਫਰਕ ਪਤਾ ਲੱਗੂਗਾ, ਹਲਕਾ ਜਿਹਾ ਲੈ ਕੇ ਇੱਥੇ ਇੱਕ ਸ਼ੈਡੋ ਜੀ ਬਣ ਜੂਗੀ, ਤਾਂ ਹੀ ਆਪਾਂ ਆਈ ਸ਼ੈਡੋ ਕਹਿੰਦੇ ਹਾਂ, ਸ਼ੈਡੋ ਬਣਾ ਦੇਣੀ ਆ ਆਪਾਂ ਅੱਖ ਦੇ, ਕਿ ਇੱਦਾਂ ਲੱਗੇ ਕਿ ਅੱਖ ਦੀ ਸ਼ੇਪ ਸਾਡੀ ਥੋੜ੍ਹੀ ਤਿੱਖੀ ਜੀ ਹੈ। ਹੁਣ ਤੁਸੀਂ ਫਰਕ ਦੇਖ ਸਕਦੇ ਹੋ, ਆ ਦੇਖੋ ਇਸ ਸਾਈਡ ਨੂੰ ਇੱਦਾਂ ਲੱਗਦਾ ਥੋੜ੍ਹੀ ਤਿੱਖੀ ਜੀ ਹੈ, ਇੱਧਰੋਂ ਨੋਰਮਲ। ਸੋ ਇਹ ਦੋਨੋਂ ਪਾਸੇ ਆਪਾਂ ਹਲਕਾ ਜਿਹਾ ਬਸ ਬਾਰ ਬਾਰ ਨੂੰ ਇੱਕ ਬਰਾਊਨ ਕਲਰ ਦੀ ਲਗਾ ਲੈਣੀ ਹੈ। ਅਗਰ ਤਾਂ ਤੁਸੀਂ ਦਿਨ ਦਾ ਮੇਕਅਪ ਕਰਦੇ ਹੋ, ਦਿਨ ਵੇਲੇ ਦੀ ਪਾਰਟੀ ਹੈ, ਦਿਨ ਵੇਲੇ ਦਾ ਮੇਕਅਪ ਹੈ, ਤਾਂ ਬਰਾਊਨ ਕਲਰ ਲਗਾਓਗੇ। ਅਗਰ ਤੁਸੀਂ ਰਾਤ ਵੇਲੇ ਦਾ ਤੁਹਾਡਾ ਕੋਈ ਫੰਕਸ਼ਨ ਹੈਗਾ ਜਾਂ ਤੁਸੀਂ ਰਾਤ ਵੇਲੇ ਮੇਕਅਪ ਕਿਤੇ ਕਰਨਾ, ਫਿਰ ਤੁਸੀਂ ਇਹਦੇ ਵਿੱਚ ਜਿਵੇਂ ਬਲੈਕ ਕਲਰ ਹੈ ਨਾ, ਆਹ ਵਾਲਾ ਬਲੈਕ ਕਲਰ ਹਲਕਾ ਜਿਹਾ ਲੈਣਾ, ਅਤੇ ਬਲੈਕ ਕਲਰ ਨੂੰ ਇਸ ਤਰ੍ਹਾਂ ਲਗਾ ਦੇਣਾ ਹੈ, ਉਹਦੇ ਨਾਲ ਇਹ ਚੀਜ਼ ਡਾਰਕ ਹੋ ਜੂਗੀ। ਆਹ ਦੇਖੋ ਫਿਰ ਹਲਕਾ ਜਿਹਾ ਲੱਗੂਗਾ ਜਿਵੇਂ ਸਮੋਕੀ ਹੈ, ਆਹ ਦੇਖੋ ਹਲਕਾ ਜਿਹਾ ਬਸ ਕਾਲਾ ਰੰਗ ਲਿਆ। ਔਰ ਮੇਨ ਚੀਜ਼ ਜਿਹੜੀ ਤੁਸੀਂ ਯਾਦ ਰੱਖਣੀ ਮੇਰੀ ਭੈਣੋ, ਉਹ ਇਹ ਹੈਗੀ ਹੈ ਕਿ ਜਿਹੜਾ ਤੁਸੀਂ ਬ੍ਰਸ਼ ਲੈਣਾ ਨਾ, ਉਹਨੂੰ ਅੱਛਾ ਦੇਖੋ, ਹੁਣ ਮੇਰੇ ਧਿਆਨ ਨਾਲ ਦੇਖੋ, ਇਹ ਲਾਈਨਾਂ ਜੀ ਬਣ ਗਏ, ਇਹ ਸੋਹਣਾ ਨਹੀਂ ਲੱਗਦਾ। ਤੁਸੀਂ 2 ਮਿੰਟ ਲਾ ਕੇ ਇਹਨੂੰ ਗੋਲ ਗੋਲ ਤਰੀਕੇ ਨਾਲ ਅੱਛੇ ਤਰੀਕੇ ਨਾਲ ਬਲੈਂਡ ਕਰਨਾ, ਇੱਦਾਂ ਬੱਦਲ ਜਿਹੇ ਵਰਗਾ ਸੌਫਟ ਜਿਹਾ ਲੱਗੇ, ਇੱਦਾਂ ਨਹੀਂ ਲੱਗਣਾ ਚਾਹੀਦਾ ਕਿ ਬਸ ਚਿਪਕਾਤਾ ਔਰ ਹੋ ਗਿਆ। ਆਹ ਦੇਖੋ ਮੈਂ 2 ਮਿੰਟ ਲਾਉਂਦੀ ਹਾਂ ਇਹਦੇ 'ਤੇ ਔਰ ਇਹਨੂੰ ਅੱਛੀ ਤਰ੍ਹਾਂ ਬਲੈਂਡ ਕਰ ਰਹੀ ਹਾਂ। ਆਹ ਦੇਖੋ ਜਦ ਤੱਕ ਇੱਦਾਂ ਲੱਗੇ ਕਿ ਹਾਂ ਇੱਕੋ ਹੀ ਰੰਗ ਹੈ, ਇੱਕੋ ਹੀ ਸ਼ੇਡ 'ਚੋਂ ਆ ਰਿਹਾ। ਆਹ ਦੇਖੋ ਇੱਥੇ ਦੇਖੋ ਅਲੱਗ ਅਲੱਗ ਲੱਗ ਰਿਹਾ ਨਾ, ਅਲੱਗ ਅਲੱਗ ਤਾਂ ਬਿਲਕੁਲ ਲੱਗਣਾ ਹੀ ਨਹੀਂ ਚਾਹੀਦਾ, ਉਹਨੂੰ ਬਲੈਂਡ ਇੱਦਾਂ ਗੋਲ ਗੋਲ ਉਹਦੇ ਉੱਪਰ ਫੇਰੀ ਜਾਓ ਬ੍ਰਸ਼, ਜਦ ਤੱਕ ਉਹ ਬਿਲਕੁਲ ਇੱਦਾਂ ਸੌਫਟ ਜਿਹਾ ਨਾ ਲੱਗਣ ਲੱਗ ਜੇ। ਆਹ ਦੇਖੋ ਆਹ ਹੁਣ ਹੋ ਗਿਆ ਆਹ ਚੀਜ਼, ਹੁਣ ਤੁਸੀਂ ਅੱਛੀ ਤਰ੍ਹਾਂ ਦੇਖ ਸਕਦੇ ਹੋ।
ਹੁਣ ਅਗਰ ਤੁਹਾਡੇ ਕੋਲ ਆਈ ਲਾਈਨਰ ਹੈ ਤਾਂ ਠੀਕ ਹੈ, ਅਗਰ ਨਹੀਂ ਹੈ ਮੈਨੂੰ ਆਈ ਲਾਈਨਰ ਲਗਾਉਣਾ ਇੰਨਾ ਪਸੰਦ ਨਹੀਂ ਹੈ, ਸੋ ਮੈਂ ਕੀ ਕਰੂੰਗੀ ਜਿਹੜਾ ਆਪਣਾ ਕੱਜਲ ਹੈ ਨਾ ਆਪਣੀ ਆਈਜ਼ ਨੂੰ ਉੱਥੋਂ ਸਾਈਡ ਤੋਂ ਖਿੱਚ ਕੇ ਆਈਜ਼ ਬੰਦ ਕਰਕੇ ਕੱਜਲ ਨਾਲ ਹੀ ਮੈਂ ਲਾਈਨਰ ਲਗਾਉਂਗੀ। ਆਈ ਨੋ ਇਹ ਥੋੜ੍ਹਾ ਪੁਰਾਣੇ ਜ਼ਮਾਨੇ ਵਾਲੇ ਤਰੀਕੇ ਵਾਲਾ ਲੱਗ ਰਿਹਾ ਤੁਹਾਨੂੰ, ਮੈਂ ਤੁਹਾਨੂੰ ਦੱਸਦੀ ਹਾਂ ਕਿਉਂ। ਆਹ ਦੇਖੋ ਪੂਰਾ ਕੱਜਲ ਲਾ ਲਿਆ, ਕੋਈ ਫਿਕਰ ਨਾ ਕਰਿਓ ਅਗਰ ਜਿਵੇਂ ਥੋੜ੍ਹਾ ਖਰਾਬ ਜਿਹਾ ਲੱਗਿਆ ਉਹਦੀ, ਉਸ ਚੀਜ਼ ਦੀ ਬਿਲਕੁਲ ਟੈਨਸ਼ਨ ਨਾ ਲਿਓ, ਦੋਨੋਂ ਸਾਈਡ ਇਸ ਤਰੀਕੇ ਲਗਾ ਲੈਣਾ। ਹੁਣ ਬਲੈਕ ਆਈ ਸ਼ੈਡੋ ਉੱਪਰ ਆ ਜਿਹੜਾ ਪੈਨਸਿਲ ਵਾਲਾ ਬ੍ਰਸ਼ ਹੈ ਨਾ, ਆਹ ਦੇਖੋ ਜਿਹੜਾ ਥੋੜ੍ਹਾ ਅੱਗੇ ਤਿੱਖਾ ਜਿਹਾ ਹੋਵੇ, ਬਿਲਕੁਲ ਨੁਕੀਲਾ ਜਿਹਾ ਇੱਦਾਂ ਦਾ ਬ੍ਰਸ਼ ਲੈ ਕੇ ਹੁਣ ਇਸ ਬਲੈਕ ਕਲਰ ਦੇ ਕੱਜਲ ਦੇ ਉੱਪਰ ਪਾਊਡਰ ਵਾਂਗੂ ਇਹਨੂੰ ਰਫ ਰਫ ਤਰੀਕੇ ਨਾਲ ਇੱਦਾਂ, ਆਹ ਦੇਖੋ ਮੈਂ ਕਿੱਦਾਂ ਪਲੇਨ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਹਲਕਾ ਜਿਹਾ ਸਮੋਕੀ ਇਫੈਕਟ ਦੇ ਰਹੀ ਹਾਂ। ਜਿਹੜੀ ਉੱਪਰੋਂ ਉੱਬਰ ਖੱਬੜ ਵਾਲੀ ਚੀਜ਼ ਸੀ ਨਾ ਉਹਨੂੰ ਸੋਫਟ ਵਾਲੇ ਤਰੀਕੇ ਨਾਲ ਕਨਵਰਟ ਕਰ ਰਹੀ ਹਾਂ। ਆਹ ਦੇਖੋ ਇਸ ਤਰੀਕੇ ਨਾਲ, ਉਹ ਥੱਲਿਓ ਪਿੱਛੋਂ ਲਾਈਨ ਖਿੱਚਣ ਦੀ ਜ਼ਰੂਰਤ ਹੀ ਨਹੀਂ ਹੈ, ਉਹ ਆਪਣੇ ਆਪ ਹੀ ਇੱਦਾਂ ਲੱਗੇਗਾ ਜਿਵੇਂ ਇੱਕ ਸਮੋਕੀ ਆਈ ਕ੍ਰੀਏਟ ਹੋ ਗਈ। ਆਹ ਦੇਖੋ ਫਰਕ, ਆਹ ਦੇਖੋ ਫਰਕ। ਸੋ ਇਸ ਤਰੀਕੇ ਨਾਲ ਤੁਸੀਂ ਬਲੈਕ ਕਲਰ ਦਾ ਆਈ ਸ਼ੈਡੋ ਲੈ ਕੇ ਕੱਜਲ ਦੇ ਉੱਪਰ ਇਸ ਤਰੀਕੇ ਨਾਲ ਰਬ ਕਰਨਾ ਹੈ ਤਾਂ ਕਿ ਉਹ ਇੱਦਾਂ ਲੱਗੇ ਜਿਵੇਂ ਬੜਾ ਸੋਫਟ ਜਿਹੇ ਤਰੀਕੇ ਨਾਲ, ਬੜੀ ਮਿਹਨਤ ਨਾਲ, ਜਿਵੇਂ ਆਪਾਂ ਕੋਈ ਸ਼ੈਡੋ ਵਾਲੀ ਲੁੱਕ ਨਹੀਂ ਕ੍ਰੀਏਟ ਕੀਤੀ ਹੁੰਦੀ, ਇਸ ਤਰੀਕੇ ਨਾਲ ਤੁਸੀਂ ਉਹਨੂੰ ਬਲੈਂਡ ਕਰੀ ਜਾਣਾ। ਇਹਨੂੰ ਇੰਗਲਿਸ਼ 'ਚ ਕਹਿੰਦੇ ਬਲੈਂਡ ਕਰਨਾ, ਪੰਜਾਬੀ 'ਚ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਤੁਸੀਂ ਬਸ ਇਹਦੇ ਉੱਪਰ ਆਰਾਮ ਨਾਲ ਬ੍ਰਸ਼ ਨੂੰ ਫੇਰੀ ਜਾਣਾ ਜਦ ਤੱਕ ਇੱਦਾਂ ਜਿਹੜੀ ਲਾਈਨ ਖਿੱਚੀ ਹੈ ਨਾ ਉਹ ਲਾਈਨ ਨਜ਼ਰ ਨਹੀਂ ਆਉਣੀ ਚਾਹੀਦੀ ਬਿਲਕੁਲ ਵੀ। ਆਹ ਦੇਖੋ ਇਸ ਤਰੀਕੇ ਨਾਲ ਇਹ ਹੋ ਗਿਆ। ਸੇਮ ਚੀਜ਼ ਹੁਣ ਥੱਲੇ ਬਰਾਊਨ ਰੰਗ ਲੈਣਾ ਤੁਸੀਂ, ਜਿਹੜਾ ਸਾਈਡ ਨੂੰ ਬਰਾਊਨ ਕੀਤਾ ਸੀ ਨਾ ਉਹ ਬਰਾਊਨ ਰੰਗ ਲੈ ਕੇ ਉਹ ਸੇਮ ਬ੍ਰਸ਼ ਨਾਲ ਥੱਲੇ ਕਰ ਲੈਣਾ ਇਹਨੂੰ ਇਸ ਤਰੀਕੇ ਨਾਲ ਜਿਵੇਂ ਤੁਸੀਂ ਦੇਖ ਰਹੇ ਹੋ, ਸੇਮ ਚੀਜ਼ ਇਸ ਪਾਸੇ। ਜੇ ਤੁਸੀਂ ਥੱਲੇ ਬਿਲਕੁਲ ਚਿੱਟਾ ਛੱਡ ਦਿੰਦੇ ਹੋ ਫਿਰ ਤੁਹਾਡਾ ਆਹ ਹਿੱਸਾ ਬਹੁਤ ਮੋਟਾ ਲੱਗਦਾ ਹੈ। ਸੋ ਪੂਰਾ ਮੇਕਅਪ ਕੰਪਲੀਟ ਕਰਨ ਲਈ ਤੁਸੀਂ ਬਰਾਊਨ ਕਲਰ ਦਾ ਜਾਂ ਫਿਰ ਤੁਸੀਂ ਬਲੈਕ ਵੀ ਲੈ ਸਕਦੇ ਹੋ, ਪਰ ਬਲੈਕ ਮੈਂ ਅਵੋਇਡ ਕਰਦੀ ਹਾਂ, ਬਲੈਕ ਥੋੜ੍ਹਾ ਜ਼ਿਆਦਾ ਲੱਗਦਾ। ਕੱਜਲ ਤਾਂ ਲਾਇਆ ਹੀ ਹੋਇਆ ਆਪਾਂ, ਅਤੇ ਥੱਲੇ ਫਿਰ ਥੋੜ੍ਹਾ ਜਿਹਾ ਡਾਰਕ ਰੰਗ ਨਾਲ ਬਰਾਊਨ ਕਲਰ ਨਾਲ ਕਨਵਰਟ ਕਰ ਲੈਣਾ। ਆਹ ਦੇਖੋ ਹੁਣ ਉੱਥੇ ਵੀ ਥੱਲੇ ਇੱਕ ਸੋਫਟ ਜਿਹਾ ਇਫੈਕਟ ਆ ਗਿਆ। ਬ੍ਰਸ਼ ਆਹੀ ਯੂਜ਼ ਕਰਨਾ, ਇਹਨੂੰ ਆਪਾਂ ਪੈਨਸਲ ਬ੍ਰਸ਼ ਕਹਿੰਦੇ ਹਾਂ, ਅੱਗੇ ਥੋੜ੍ਹਾ ਨੁਕੀਲਾ ਹੋਣਾ ਚਾਹੀਦਾ। ਸੋ ਇਹ ਹੋ ਗਿਆ ਕੰਪਲੀਟ, ਆਈਜ਼ ਹੋ ਗਿਆ ਤੁਹਾਡੀਆਂ ਕੰਪਲੀਟ। ਤੁਸੀਂ ਇਹਨੂੰ ਵਧਾ ਵੀ ਸਕਦੇ ਹੋ ਪਿੱਛੋਂ, ਅਗਰ ਤੁਹਾਨੂੰ ਪਸੰਦ ਹੈ ਲਾਈਨ ਥੋੜ੍ਹੀ ਵੱਡੀ ਹੋਵੇ ਤੁਸੀਂ ਇਹਨੂੰ ਪਿੱਛੋਂ ਇੱਦਾਂ ਵਧਾ ਵੀ ਸਕਦੇ ਹੋ, ਅਤੇ ਮੈਨੂੰ ਨਹੀਂ ਪਸੰਦ ਮੈਂ ਇਹਨੂੰ ਇੰਨਾ ਹੀ ਰੱਖਦੀ ਹਾਂ। ਸੋ ਆਪਾਂ ਇਸ ਤਰੀਕੇ ਨਾਲ ਆਈਜ਼ ਦੀ ਲੁੱਕ ਕੰਪਲੀਟ ਕਰੀ। ਸੋ ਜਿਵੇਂ ਕਿ ਤੁਸੀਂ ਮੇਰੀ ਬ੍ਰੌਨਜ਼ਿੰਗ ਔਰ ਕੰਟੂਰਿੰਗ ਵਾਲੀ ਵੀਡੀਓ ਦੇਖ ਚੁੱਕੇ ਹੋ, ਮੈਂ ਜ਼ਿਆਦਾ ਟਾਈਮ ਵੇਸਟ ਨਹੀਂ ਕਰੂੰਗੀ, ਮੈਂ ਫਟਾਫਟ ਬ੍ਰੌਨਜ਼ ਕਰਕੇ ਔਰ ਉਸ ਤੋਂ ਬਾਅਦ ਕਿਉਂਕਿ ਇਹ ਸੂਟ ਜਿਹੜਾ ਹੈਗਾ ਥੋੜ੍ਹਾ ਵਾਈਟ ਔਰ ਗੋਲਡਨ ਹੈ, ਗੋਲਡਨ ਵਾਲੇ ਨਾਲ ਮੈਂ ਥੋੜ੍ਹਾ ਔਰੇਂਜ ਹੀ ਬਲੱਸ਼ ਯੂਜ਼ ਕਰੂੰਗੀ। ਸੋ ਮੈਂ ਆਪਣੀ ਚੀਕਸ 'ਤੇ ਬਲੱਸ਼, ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਕਿਹੜਾ ਕਿੱਦਾਂ ਕਰਨਾ ਹੈ, ਪ੍ਰੋਪਰ ਬਲੱਸ਼ ਅਪਲਾਈ ਕਿੱਦਾਂ ਕਰਨਾ ਹੈ, ਸਾਰਾ ਕੁਝ, ਤਾਂ ਤੁਸੀਂ ਮੇਰੀ ਬਲੱਸ਼ ਐਂਡ ਕੌਨਟੂਰ ਵਾਲੀ ਵੀਡੀਓ ਜਾ ਕੇ ਦੇਖ ਸਕਦੇ ਹੋ ਐਂਡ ਤੁਹਾਨੂੰ ਪਤਾ ਲੱਗੇਗਾ ਕਿ ਕਿੱਦਾਂ ਇਹਨੂੰ ਅਪਲਾਈ ਕਰਨਾ। ਥੋੜ੍ਹਾ ਜਿਹਾ ਮੈਂ ਨੋਜ਼ 'ਤੇ ਵੀ ਕਰੂੰਗੀ, ਥੋੜ੍ਹਾ ਜਿਹਾ ਚਿੰਨ 'ਤੇ ਵੀ ਕਰੂੰਗੀ ਐਂਡ ਇਹ ਹੋ ਗਿਆ ਅਪਲਾਈ। ਗਰਮੀ ਬਹੁਤ ਹੋ ਗਈ ਹੈ, ਅੱਜ ਕੱਲ੍ਹ ਤਾਂ ਮੇਕਅਪ ਕਰੋ ਪਹਿਲਾਂ ਟੈਨਸ਼ਨ ਪੈ ਜਾਂਦੀ ਕਿ ਮੇਕਅਪ ਉਤਰ ਨਾ ਜਾਏ। ਸੋ ਮੈਂ ਸੋਚਿਆ ਕਿ ਮੇਕਅਪ ਕੰਪਲੀਟ ਹੋਣ ਲੱਗਾ ਤਾਂ ਮੈਂ ਪਹਿਲਾਂ ਆਈਜ਼ ਕਹਿ ਰਹੀ ਹਾਂ ਆਪਣੇ ਕੰਨਾਂ ਵਿੱਚ ਥੋੜ੍ਹੇ ਜਿਹੇ ਏਅਰਿੰਗਸ ਪਾ ਲਾਂ। ਸੋ ਤੁਸੀਂ ਵੀ ਅਗਰ ਚਾਹੁੰਦੇ ਹੋ ਕਿ ਤੁਹਾਡੀ ਲੁੱਕ ਕੰਪਲੀਟ ਲੱਗੇ, ਸੋਹਣੀ ਲੱਗੇ, ਸੋ ਤੁਸੀਂ ਵੀ ਪਹਿਲਾਂ ਆਪਣੇ ਏਅਰਿੰਗਸ ਪਾਸੇ ਰੱਖ ਲਓ ਕਿਉਂਕਿ ਏਅਰਿੰਗਸ ਨਾਲ ਇਹ ਲੁੱਕ ਹੋਰ ਜ਼ਿਆਦਾ ਪ੍ਰੀਟੀ ਲੱਗੇਗੀ। ਕਿਹਨੂੰ ਇਹ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਤੁਸੀਂ ਆਓ ਥੋੜ੍ਹੇ ਜਿਹੇ ਦੇਰ ਬਾਅਦ ਈਅਰਿੰਗਸ ਪਾਓ ਤਾਂ ਈਅਰਿੰਗਸ ਦੇ ਵਿੱਚ ਫਿਰ ਏਅਰ ਦੇ ਹੋਲ ਵਿੱਚ ਜਾਣ ਲੱਗਿਆ ਪ੍ਰੋਬਲਮ ਆਉਂਦੀ ਹੈ। ਮੈਨੂੰ ਤਾਂ ਪ੍ਰੋਬਲਮ ਹਰ ਵਾਰ ਆਉਂਦੀ ਹੈ। ਸੋ ਔਰ ਇਹ ਵਾਲੀ ਪ੍ਰੋਬਲਮ ਵੀ ਆਉਂਦੀ, ਦੇਖਿਆ ਤੁਸੀਂ ਕਿੱਦਾਂ ਅਗਰ ਉਹ ਫਿਕਸ ਨਾ ਹੋਵੇ, ਬੜੀ ਲੇਡੀਜ਼ ਦੇ ਏਅਰਿੰਗਸ ਗਿਰਦੇ ਆ ਇੱਦਾਂ, ਹੈ ਨਾ। ਸੋ ਤੁਸੀਂ ਦੇਖ ਰਹੇ ਹੋ ਮੈਂ ਏਅਰਿੰਗਸ ਪਾ ਲਏ। ਸੋ ਮੈਨੂੰ ਏਅਰਿੰਗਸ ਦਾ ਜ਼ਿਆਦਾ ਸ਼ੌਂਕ ਨਹੀਂ ਹੈ, ਪਰ ਮੈਂ ਸੋਚਿਆ ਅੱਜ ਦੀ ਵੀਡੀਓ ਥੋੜ੍ਹੀ ਅੱਛੀ ਹੈ, ਮੇਕਅਪ ਵਾਲੀ ਵੀਡੀਓ ਹੈ ਤਾਂ ਉਹਦੇ ਲਈ ਕਿਉਂ ਨਾ ਇਹਨੂੰ ਅਪਲਾਈ ਕੀਤਾ ਜਾਏ। ਨਾਓ ਫੋਰ ਲਿਪਸਟਿਕਸ ਵੀ ਹੈਵ ਟੂ ਆਪਸ਼ਨਸ, ਆਈ ਹੈਵ ਹਾਫ ਐਂਡ ਹਾਫ ਐਂਪਲੀਫਾਈਡ ਲਿਪਸਟਿਕ ਫਰੋਮ ਮੈਕ। ਓ ਹੋ ਮੈਂ ਫਿਰ ਇੰਗਲਿਸ਼ ਬੋਲਣ ਲੱਗ ਗਈ, ਆਮ ਸੋਰੀ। ਹੁਣ ਲਿਪਸਟਿਕ ਲਈ ਸਾਡੇ ਕੋਲ ਦੋ ਆਪਸ਼ਨਸ ਹੈ। ਸੋਰੀ, ਇਹ ਨਤੀਜਾ ਹੁੰਦਾ ਬਿਨਾਂ ਐਡੀਟਿਡ ਵੀਡੀਓ ਬਣਾਉਣ ਦਾ। ਅਗਰ ਤਾਂ ਮੈਂ ਐਡਿਟ ਕਰਨੀ ਹੁੰਦੀ ਤਾਂ ਮੈਂ ਸਾਰੇ ਸੀਨ ਵਿੱਚੋਂ ਡਿਲੀਟ ਕਰ ਦੇਣੇ ਸੀਗੇ, ਪਰ ਹੁਣ ਤੁਹਾਡੇ ਸਾਹਮਣੇ ਹੀ ਸਾਰੀ ਵੀਡੀਓ ਬਣ ਰਹੀ ਹੈ। ਸੋ ਤੁਸੀਂ ਸਭ ਕੁਝ ਦੇਖ ਰਹੇ ਹੋ ਕਿ ਲਾਈਵ ਕੀ ਹੋ ਰਿਹਾ, ਕਿੱਦਾਂ ਕਿੱਦਾਂ ਹੋਇਆ। ਸੋ ਮੇਰੇ ਕੋਲ ਦੋ ਲਿਪਸਟਿਕਸ ਹੈਗੀਆਂ, ਇੱਕ ਹੈਗੀ ਹੈ ਬਿਲਕੁਲ ਗੂੜੀ ਗੁਲਾਬੀ, ਇੱਕ ਹੈਗੀ ਹੈ ਨਿਊਡ। ਵੇਟ, ਪਹਿਲਾਂ ਮੈਨੂੰ ਦੁਪੱਟਾ ਲੈ ਲੈਣ ਦਿਓ। ਜੁੱਤੀ ਪਟਿਆਲੇ ਦੀ ਲਾਹੌਰ ਦੀਆਂ ਵਾਲੀਆਂ,
ਭੁੱਲ ਗਈ ਅੱਗੇ ਗਾਣਾ ਇੱਦਾਂ ਹੁੰਦਾ ਨਾ ਗਾਣਾ ਭੁੱਲ ਜਾਂਦੇ ਸੋ ਦਿਸ ਇਜ਼ ਦਾ ਦੁਪੱਟਾ ਐਂਡ ਆਹ ਹੈ ਪੂਰੀ ਲੁੱਕ ਹੁਣ ਇਹਦੇ ਨਾਲ ਦੋ ਤਰੀਕੇ ਹੈ ਜਾਂ ਤਾਂ ਆਪਾਂ ਇਹਦੇ ਵਿੱਚ ਜਿਹੜਾ ਰੰਗ ਹੈ ਉਸ ਰੰਗ ਦੀ ਲਿਪਸਟਿਕ ਲਗਾਈਏ ਜਾਂ ਅਸੀਂ ਆਪਣੀ ਮਨਪਸੰਦ ਦੀ ਨਿਊਡ ਲਿਪਸਟਿਕ ਜਿਵੇਂ ਕਿ ਮੈਂ ਇੱਕ ਹੋਰ ਵੀਡੀਓ 'ਚ ਤੁਹਾਨੂੰ ਦੱਸਿਆ ਸੀਗਾ ਤੁਸੀਂ ਆਪਣੀ ਮਨਪਸੰਦ ਦਾ ਵੀ ਰੰਗ ਲਾ ਸਕਦੇ ਹੋ ਕੋਈ ਵੀ ਨਿਊਡ ਸੋ ਪਹਿਲਾਂ ਮੈਂ ਤੁਹਾਨੂੰ ਨਿਊਡ ਕਲਰ ਲਗਾ ਕੇ ਦਿਖਾਉਂਦੀ ਹਾਂ ਇਹ ਹੈ ਨਿਊਡ ਦਿਸ ਇਜ਼ ਨਿਊਡ ਹੁਣ ਜਿਨ੍ਹਾਂ ਕੁੜੀਆਂ ਨੂੰ ਫੋਰਨਰਸ ਨੂੰ ਐਨ ਆਰ ਆਈਜ਼ ਨੂੰ ਪਸੰਦ ਹੈ ਨਿਊਡ ਕਲਰ ਲਗਾਉਣਾ ਆਈ ਮੀਨ ਤੁਸੀਂ ਦੇਖ ਸਕਦੇ ਹੋ ਠੀਕ ਹੈ ਬੁਰਾ ਨਹੀਂ ਲੱਗ ਰਿਹਾ ਮਤਲਬ ਠੀਕ ਹੈ ਅੱਖਾਂ ਬੋਲ ਰਹੀਆਂ ਤਾਂ ਲਿਪਸ ਥੋੜ੍ਹੇ ਲਾਈਟ ਵੀ ਰੱਖ ਲਏ ਤਾਂ ਠੀਕ ਹੈ ਦਿਸ ਲੁੱਕ ਇਜ਼ ਆਲਸੋ ਫਾਈਨ ਸੋ ਦਿਸ ਇਜ਼ ਦਾ ਫਾਈਨਲ ਲੁੱਕ ਪਰ ਪਤਾ ਨਹੀਂ ਕਿਉਂ ਮੈਨੂੰ ਤਾਂ ਲੱਗਦਾ ਕਿ ਨਿਊਡ ਨਾਲ ਇੰਨੀ ਗੱਲ ਨਹੀਂ ਬਣੀ ਤੁਸੀਂ ਕੀ ਸੋਚ ਰਹੇ ਹੋ ਗੱਲ ਨਿਊਡ ਦੀ ਵੀ ਸੀ ਗੱਲ ਹਾਈਲਾਈਟਰ ਦੀ ਵੀ ਸੀ ਮੈਂ ਹਾਈਲਾਈਟਰ ਲਾਉਣਾ ਵੀ ਭੁੱਲ ਗਈ ਸੀ ਐਨੀਵੇਜ਼ ਆਹ ਲਾਇਆ ਸੀ ਹਾਈਲਾਈਟਰ ਤੁਸੀਂ ਮੇਰੀ ਵੀਡੀਓਜ਼ ਦੇਖ ਸਕਦੇ ਹੋ ਮੈਂ ਹਰ ਵੀਡੀਓਜ਼ ਦਿਖਾਉਣੀ ਹੈ ਕਿ ਕਿੱਦਾਂ ਮੈਂ ਕੰਟੂਰਿੰਗ ਬਲਸ਼ਿੰਗ ਔਰ ਹਾਈਲਾਈਟਿੰਗ ਕਰਦੀ ਹਾਂ ਸੋ ਐਨੀਵੇਜ਼ ਆਈਬ੍ਰੋਜ਼ ਲਈ ਵੀ ਆਈਲ ਮੇਕ ਅਨਦਰ ਫੁੱਲ ਵੀਡੀਓ ਸੋ ਦੂਸਰੀ ਲਿਪਸਟਿਕ ਹੈ ਆਪਣੇ ਕੋਲ ਰਿਲੈਂਟਲੈਸਲੀ ਰੈੱਡ ਬਾਈ ਮੈਕ ਇਹ ਮੇਰਾ ਫੇਵਰੇਟ ਕਲਰ ਹੈ ਇਹ ਹੈਗਾ ਗੂੜਾ ਗੁਲਾਬੀ ਮੈਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਇਹ ਰੰਗ ਜ਼ਿਆਦਾ ਸੋਹਣਾ ਲੱਗ ਰਿਹਾ ਸੋ ਗੱਲ ਪਤਾ ਕੀ ਹੁੰਦੀ ਹੈ ਕਿ ਜਦੋਂ ਤੁਸੀਂ ਕੋਈ ਫਿੱਕਾ ਸੂਟ ਵੀ ਹੋਣਾ ਥੋੜ੍ਹਾ ਫਿੱਕੇ ਰੰਗ ਦਾ ਸੂਟ ਹੈ ਇਹਦੇ ਨਾਲ ਗੁਲਾਬੀ ਲਿਪਸਟਿਕ ਹੀ ਸੋਹਣੀ ਲੱਗੂਗੀ ਕਿਉਂਕਿ ਯੂ ਨੋ ਆਲ ਓਵਰ ਲੁੱਕ ਲਾਈਟ ਹੈ ਸੋ ਅਗਰ ਤੁਸੀਂ ਗੂੜਾ ਰੰਗ ਲਿਪਸਟਿਕ ਦਾ ਲਾਉਂਦੇ ਹੋ ਤਾਂ ਉਹ ਜ਼ਿਆਦਾ ਬੈਟਰ ਲੱਗਦਾ ਬਟ ਉਹੀ ਅਗਰ ਤੁਸੀਂ ਇਹਦੇ ਨਾਲ ਨਿਊਡ ਲਾਇਆ ਠੀਕ ਹੈ ਕਈ ਲੜਕੀਆਂ ਨੂੰ ਪਸੰਦ ਹੁੰਦਾ ਪਰ ਪਤਾ ਨਹੀਂ ਕਿ ਮੈਨੂੰ ਨਹੀਂ ਪਸੰਦ ਮੈਨੂੰ ਪਸੰਦ ਹੈ ਕਿ ਗੂੜਾ ਰੰਗ ਹੀ ਹੋਵੇ ਸੋ ਗੂੜਾ ਰੰਗ ਲਗਾਉਣ ਨਾਲ ਤੁਸੀਂ ਦੇਖ ਸਕਦੇ ਹੋ ਕੰਪਲੀਟ ਲੁੱਕ ਮੇਰੀ ਸੋ ਆਈ ਥਿੰਕ ਇਹ ਜ਼ਿਆਦਾ ਸੋਹਣਾ ਲੱਗਦਾ ਹੈ ਸੋ ਬਾਕੀ ਤੁਸੀਂ ਖੁਦ ਦੇਖ ਕੇ ਦੱਸੋ ਐਂਡ ਕਮੈਂਟਸ ਵਿੱਚ ਦੱਸਣਾ ਤੁਹਾਨੂੰ ਕਿਹੜੀ ਲੁੱਕ ਜ਼ਿਆਦਾ ਬੈਟਰ ਲੱਗੀ ਮੈਨੂੰ ਤਾਂ ਇਹ ਲੁੱਕ ਬੈਟਰ ਲੱਗੀ ਕਿਉਂਕਿ ਓਬਵੀਅਸਲੀ ਮੈਂ ਚਾਹੁੰਦੀ ਹਾਂ ਕਿ ਕੁੜੀਆਂ ਨੂੰ ਗੂੜੇ ਰੰਗ ਜ਼ਿਆਦਾ ਲਾਉਣੇ ਚਾਹੀਦੇ ਹੈ ਮੂੰਹ ਜ਼ਿਆਦਾ ਨਿਖਰਦਾ ਹੈ ਫੇਸ ਜ਼ਿਆਦਾ ਸੋਹਣਾ ਲੱਗਦਾ ਹੈ ਸੋ ਮੈਂ ਜਿੰਨਾ ਈਜ਼ੀਲੀ ਤੁਹਾਨੂੰ ਮੇਕਅਪ ਸਿਖਾ ਸਕੀ ਮੈਂ ਤੁਹਾਨੂੰ ਸਿਖਾਇਆ ਅਗਰ ਤੁਹਾਨੂੰ ਵਧੀਆ ਲੱਗਾ ਔਰ ਤੁਸੀਂ ਲੁੱਕ ਟਰਾਈ ਕੀਤੀ ਔਰ ਅਪਲਾਈ ਕੀਤੀ ਸੋ ਪਲੀਜ਼ ਮੈਨੂੰ ਇਹਦੀ ਫੋਟੋ ਭੇਜਿਓ ਜਾਂ ਮੈਨੂੰ ਅਗਰ ਤੁਸੀਂ ਇੰਸਟਾਗ੍ਰਾਮ 'ਤੇ ਤਾਂ ਮੈਨੂੰ ਟੈਗ ਕਰ ਸਕਦੇ ਹੋ ਡਾਕਟਰ ਹਰਨੀਤ ਮੇਰਾ ਨਾਮ ਹੈ ਵੀਡੀਓ ਲੁੱਕ ਕ੍ਰੀਏਟ ਕਰਕੇ ਅਤੇ ਮੈਨੂੰ ਟੈਗ ਕਰ ਦਿਓ ਜਾਂ ਫੇਸਬੁੱਕ 'ਤੇ ਕ੍ਰੀਏਟ ਕੀਤੀ ਉੱਥੇ ਟੈਗ ਕਰ ਦਿਓ ਜਾਂ ਮੈਨੂੰ ਸੈਂਡ ਕਰ ਦਿਓ ਸੋ ਮੈਨੂੰ ਬਹੁਤ ਖੁਸ਼ੀ ਹੋਊਗੀ ਅਗਰ ਤੁਸੀਂ ਇਹ ਸੇਮ ਲੁੱਕ ਟਰਾਈ ਕਰੋਗੇ ਕਿਉਂਕਿ ਬਹੁਤ ਈਜ਼ੀ ਹੈ ਕੁਛ ਨਹੀਂ ਕੀਤਾ ਇਹਦੇ 'ਚ ਮੈਂ ਤੁਹਾਨੂੰ ਸਿਰਫ ਆਈ ਲੁੱਕ ਸਿਖਾਈ ਹੈ ਕਿੱਦਾਂ ਕਰ ਸਕਦੇ ਹੋ ਬੇਸਿਕ ਜੇ ਸਮੋਕੀ ਆਏ ਹੈ ਤੁਸੀਂ ਹਰ ਫੰਕਸ਼ਨ 'ਤੇ ਕਰ ਸਕਦੇ ਹੋ ਲਿਪਸਟਿਕ ਦਾ ਕਲਰ ਚੇਂਜ ਕਰ ਸਕਦੇ ਹੋ ਨੀਚੋਂ ਡਾਰਕ ਕਰ ਸਕਦੇ ਹੋ ਐਂਡ ਯੂ ਨੋ ਆਈ ਸ਼ੈਡੋ ਦਾ ਕਲਰ ਚੇਂਜ ਕਰ ਸਕਦੇ ਹੋ ਹਰ ਵਾਰੀ ਡਿਫਰੈਂਟ ਲੱਗੇਗੀ ਸੋ ਥੈਂਕ ਯੂ ਸੋ ਮਚ ਮੈਨੂੰ ਇੰਨਾ ਪਿਆਰ ਦੇਣ ਲਈ ਮੈਂ ਤੁਹਾਡੇ ਲਈ ਹੋਰ ਵੀਡੀਓਜ਼ ਬਣਾਉਂਦੀ ਰਹੂੰਗੀ ਐਂਡ ਆਈ ਲਵ ਯੂ ਆਲ ਸੋ ਮਚ ਐਂਡ ਸਤਿ ਸ਼੍ਰੀ ਅਕਾਲ ਮੈਂ ਪੰਜਾਬੀ ਸਪੈਸ਼ਲੀ ਤੁਹਾਡੇ ਸਾਰਿਆਂ ਲਈ ਬਣਾਈ ਸੀ ਸੋ ਆਈ ਹੋਪ ਤੁਹਾਨੂੰ ਵਧੀਆ ਲੱਗੀ ਹੋਏ ਅਗਰ ਵਧੀਆ ਲੱਗੀ ਤਾਂ ਕਮੈਂਟਸ ਵਿੱਚ ਜ਼ਰੂਰ ਦੱਸਣਾ ਮੇਰੀ ਪੰਜਾਬੀ ਭੈਣਾਂ ਜਿਨ੍ਹਾਂ ਨੂੰ ਵੀਡੀਓ ਸਮਝ ਆਈ ਐਂਡ ਬਾਕੀ ਜਿਨਕੋ ਨਹੀਂ ਸਮਝ ਆਈ ਆਪਣੇ ਅਗਰ ਫਿਰ ਵੀ ਦੇਖੀ ਹੈ ਤਾਂ ਥੈਂਕ ਯੂ ਆਪਕੇ ਲਈ ਹਿੰਦੀ ਮੈਂ ਤੁਹਾਨੂੰ ਬਣਾਤੀ ਹੀ ਰਹੂੰਗੀ ਸੋ ਨਮਸਤੇ ਸਤਿ ਸ਼੍ਰੀ ਅਕਾਲ ਗੁੱਡ ਬਾਏ